जरूर करो फिर अपनी भी तैयारी रखियो। चंद देनी लगने ने, चंद देनी लगने ने दिल्ली वाले आके तुहाडे गवांढ च पैण वाले दे। बाबा फिर ठीक है, अपनी पार्टी बचा लो, तुसी अपनी पार्टी बचा लो, पहले बात से बचे ही बचे हैं, सानू कोई फिक्र नहीं, मैं तो तुहानू बचा दूंगा। तुसी ये की कहना चाहते हो कि तापणी भी तेरी रखियो, मतलब थ्रेट कर रहे हो तुसी केदू के तुसी अपनी भी तेरी रखियो, तुहाडी भी तैयारी है, जेड़ा साडे चो गलती करूगा वो भी अंदर जाऊगा, ओही तुहाडे इत्थे भाजपा साहब जेड़ा साडे चो गलती करेगा वो भी अंदर जाऊगा, पर अपने आलां नू बचाओ ना कि विजिलेंस ते झंडा ला दियो। की कर की रहे हो, की कर रहे हो, तुसी मेरी गल सुनो एक मिनट। चार दिन तुसी ओ बठिंडे वाला फड़िया क्यों नहीं आ पहले जी, ओ अंदर है जी, ने ओ हुण अंदर होया, नहीं तुसी तां बैठे ने, थोड़ा तां जे बैठे ने, इत्थी केड़े इत्थी बैठे ने, मैं दस देना केड़े बैठे बैठी ने, जिन्ना दे गैंगस्टर सबर करो, मैं कांग्रेस नूं बेनती करदा सबर करो, सब दी वारी आऊ, चलो ठीक है करो, करो ओहदा मतलब तुसी किसे किस्म दी गल तुहानू समझ नहीं आ रही, करो फिर अपनी भी तैयारी ससोदिया तो बाद रखो, फिर एक अद्धे अपने नूं भी नाल ही कराओगे। साहब जिन्हें पंजाब दा एक भी पैसा खादा है ਤੇ ਉਹ ਪੈਸੇ ਬਾਰੇ ਕੋਈ ਬੰਦਾ ਕਹੇ ਮੇਰੇ ਤੋਂ ਹਿਸਾਬ ਨਾਲ ਲਈਏ, ਇਹ ਜੀ ਗੱਲ ਮੈਨੂੰ ਸਮਝ ਨਹੀਂ ਆਉਂਦੀ। ਅਸੀਂ ਕਿਸੇ ਨੇ ਨਹੀਂ ਕਿਹਾ ਕਿ ਕੋਈ ਹਿਸਾਬ ਨਾ ਲਓ, ਅਸੀਂ ਇਹ ਬਿਲਕੁਲ ਨਹੀਂ ਕਿਹਾ, ਅਸੀਂ ਤਾਂ ਕਿਹਾ ਫਿਰ ਆਪਣਾ ਹਿਸਾਬ ਦੋ, ਚੇਅਰ ਨੋਟਿਸ ਕੀਤਾ ਜਾਵੇ, ਫਿਰ ਤੁਹਾਡੇ ਸਰਦਾਰੀ ਸਾਹਿਬ ਬਾਹਰ ਕਿਸ ਤਰ੍ਹਾਂ ਨੇ, ਤੁਸੀਂ ਡ੍ਰੌਪ ਕੀਤਾ, ਵਾਈ ਹੀ ਹੈਜ਼ ਨਾਟ ਬੀਨ ਪੁੱਟ ਇਨ, ਬਾਜਵਾ ਜੀ ਕੇਸ ਕਿਉਂ ਨਹੀਂ ਰਜਿਸਟਰ ਕੀਤਾ, ਬਾਜਵਾ ਜੀ ਚੇਅਰ ਨੋਟਿਸ ਕੀਤਾ ਜਾਵੇ, ਫਿਰ ਕੇਸ ਕਿਉਂ ਨਹੀਂ ਰਜਿਸਟਰ ਕੀਤਾ ਡੀਐਮ ਸਾਹਿਬ, ਸਰ ਇਹਨਾਂ ਨੂੰ ਕਿਉਂ ਨਹੀਂ ਅੰਦਰ ਖੜਿਆ ਜੀ, ਜਿਹੜੇ ਇੱਥੇ ਬੈਠੇ ਸੀ ਫਰੰਟ ਰੋ ਵਾਲੇ, ਹਾਂ 1.5 ਸਾਲ ਪਹਿਲਾਂ ਕਿੱਥੇ ਨੇ, ਨਹੀਂ ਉਹ ਕਿਤੇ ਵੀ ਹੋਣ, ਕੈਪਟਨ ਮੰਦਰ ਕਿੱਥੇ ਆ, ਸੁਨੀਲ ਜਾਖੜ ਕਿੱਥੇ ਆ, ਉਹ ਪਹਿਲੀ ਵਾਰ ਗੁਰਦੀਪ ਕਾਂਗੜ ਕਿੱਥੇ ਆ, ਬਲਵੀਰ ਸਿੱਧੂ ਕਿੱਥੇ ਆ, ਨਹੀਂ ਉਹ ਸਾਨੂੰ ਪੁੱਛਦੇ ਹੋ, ਮਨਪ੍ਰੀਤ ਬਾਦਲ ਕਿੱਥੇ ਆ, ਮਨਪ੍ਰੀਤ ਬਾਦਲ ਕਿੱਥੇ ਆ, ਨਹੀਂ ਨਹੀਂ ਤੁਹਾਡਾ ਭਰਾ ਫਤਿਹ ਜੰਗ ਬਾਜਵਾ ਕਿੱਥੇ ਆ, ਕਿੱਥੇ ਹੋਏਗਾ, ਉਹ ਦੱਸ ਸਕਦੇ ਨੇ, ਉਹ ਤਾਂ ਉੱਧਰ ਚਲੇ ਗਏ, ਆ ਇਹ ਸੁਰਜੇ ਵਾਲਾ ਕਹਿ ਰਹੇ ਸੀਗੇ ਬੰਗਲੌਰ ਚ ਕਿ ਜੇ ਪਾਰਟੀ ਸੱਤਾ ਬਦਲ ਗਈ ਇਸਕਾ ਮਤਲਬ ਇਹ ਨਹੀਂ ਹੈ ਕਿ ਬੀਜੇਪੀ ਵਾਲੇ ਬਚ ਜਾਣਗੇ, ਇੱਥੇ ਇੱਥੇ ਅਸੀਂ ਇਹੀ ਗੱਲ ਕਹਿੰਦੇ ਆ, ਜੇ ਸੱਤਾ ਬਦਲ ਗਈ ਸੱਤਾ ਚ ਨਹੀਂ ਰਹੇ ਦਾ ਮਤਲਬ ਇਹ ਨਹੀਂ ਕਿ ਬਚ ਜਾਓਗੇ, ਚਾਹੇ ਬੀਜੇਪੀ ਚਲੇ ਜਾਓ ਚਾਹੇ ਬੀਜੇਪੀ ਚਲੇ ਜਾਓ, ਜੇ ਪੰਜਾਬ ਦਾ ਪੈਸਾ ਖਾਦਾ ਅੰਦਰ ਹੋਵੋਗੇ। ਮਾਨ ਸਾਹਿਬ ਕੋਈ ਨਹੀਂ, ਤੁਸੀਂ ਯੂ ਆਰ ਜਸਟ ਪਲੇਇੰਗ ਟੂ ਦੀ ਗੈਲਰੀ, ਵਾਂਸ ਅਗੇਨ ਯੂ ਆਰ ਜਸਟ ਪਲੇਇੰਗ ਟੂ ਦੀ ਗੈਲਰੀ, ਅਸੀਂ ਇਹ ਕਹਿ ਰਹੇ ਆ ਫਿਰ ਤਿਆਰੀ ਰੱਖੋ, ਇੱਥੇ ਵੀ ਕੰਮ ਆਰੰਭਿਆ ਗਿਆ ਡਟ ਕੇ, ਇੱਥੇ ਵੀ ਕੰਮ ਆਰੰਭਿਆ ਗਿਆ, ਜਿੱਦਣ ਅਸੀਂ ਤੁਹਾਨੂੰ ਦੱਸਣ ਤੇ ਆਏ ਤਾਂ ਤੁਹਾਡੇ ਕੋਲ ਸੁਣਿਆ ਨਹੀਂ ਜਾਣਾ, ਇੱਥੇ ਭੜਕੀ ਰਿਹਾ, ਕਰ ਲਓ ਸਾਡੇ ਤੇ ਜੋ ਕਰਨਾ, ਠੀਕ ਹੈ ਨਾ, ਗੱਲ ਮੁੱਕੀ, ਗੱਲ ਮੁੱਕੀ, ਪਰ ਇਹ ਗੱਲ ਤੁਸੀਂ ਇਹ ਗੱਲ ਯਾਦ ਰੱਖਿਓ ਕਿ ਰਾਜ ਇੱਕ ਮਿੰਟ ਤੁਹਾਡੇ ਜਿਹੜੇ ਜਨਰਲ ਸੈਕਟਰੀ ਰਾਹੁਲ ਗਾਂਧੀ ਉਹ ਬੜੇ ਵਧੀਆ ਤਰੀਕੇ ਨਾਲ ਸਵਾਲ ਉਠਾਉਂਦੇ ਨੇ ਅਡਾਨੀਆਂ ਦਾ ਮੋਦੀ ਨਾਲ ਰਿਸ਼ਤੇ ਬਾਰੇ, ਆਵਾਜ਼ ਉਠਾਈ, ਠੀਕ ਹੈ ਜੀ, ਅਗਲੇ ਦਿਨ ਮੋਦੀ ਨੇ ਜਵਾਬ ਦਿੱਤਾ, ਉਸ ਦਿਨ ਉਹ ਆਏ ਨਹੀਂ, ਨੋ ਪ੍ਰੋਬਲਮ, ਪਰ ਕੱਲ੍ਹ ਮੈਂ ਛੱਤੀਸਗੜ੍ਹ ਗਿਆ, ਇਹ ਉਸ ਤੋਂ ਪਹਿਲਾਂ ਰਾਜਸਥਾਨ, ਤੇ ਛੱਤੀਸਗੜ੍ਹ ਤੇ ਰਾਜਸਥਾਨ ਦੇ ਵਿੱਚ ਅੰਡਾਨੀਆਂ ਨੂੰ ਤੁਸੀਂ ਮਾਇਨਾ ਦੇ ਰੱਖੀਆਂ ਨੇ, ਤੇ ਵੈਸੇ ਕਾਂਗਰਸ ਪਾਰਟੀ ਨੇ ਤੁਸੀਂ ਠੇਕੇ ਦੇਤੇ ਉਹਨੂੰ ਦਿੱਲੀ, ਕਾਂਗਰਸ ਪਾਰਟੀ ਅੰਡਾਨੀ ਨੂੰ ਮਾਇਨਾ ਦੇ ਰੱਖੀਆਂ ਛੱਤੀਸਗੜ੍ਹ ਤੇ ਰਾਜਸਥਾਨ ਚ, ਗੱਸੇ ਨੂੰ ਦੋ ਤੁਸੀਂ ਤੁਹਾਡੇ ਅੰਡਾਨੀ ਦੇ ਠੇਕੇ ਨੇ ਦਿੱਲੀ ਸਾਰੇ, ਬਹਿ ਜਾਓ, ਟਕੇ ਰਹੋ ਇੱਥੇ ਵੀ ਦੋ ਕੋਈ ਨਾ ਕੋਈ, ਟਕੇ ਰਹੋ, ਇੱਥੇ ਵੀ ਕੁਝ ਨਿਕਲੂਗਾ, ਟਕੇ ਰਹੋ, ਚਲੋ ਤੁਸੀਂ ਕਰ ਲਓ ਜੀ, ਬਹਿ ਜਾਓ, ਮਾਨਾ ਮੇਰੀ ਕਮੀਜ਼ ਪਰ ਲੱਖੋਂ ਦਾਗ ਹੈ, ਪਰ ਖੁਦਾ ਦਾ ਸ਼ੁਕਰ ਹੈ ਕੋਈ ਧੱਬਾ ਨਹੀਂ, ਸਾਡੇ ਧੱਬੇ ਨਹੀਂ ਹੈਗੇ, ਤੁਹਾਡੇ ਕੋਲ ਧੱਬੇ ਨੇ, ਇਹ ਧੱਬਾ ਇਸ ਗੱਲ ਨਹੀਂ ਕਿਉਂਕਿ ਕਮੀਜ਼ ਹੈ ਪਾਟਣ ਵਾਲੀ ਹੈ, ਮਾਣਯੋਗ ਧੱਬਾ ਨਹੀਂ ਹੈ, ਕਮੀਜ਼ ਹੀ ਪਾਟ ਜਾਣੀ, ਧੱਬਾ ਕਿੱਥੇ ਰਹਿ ਜਾਣਾ, ਤੁਸੀਂ ਆਪਾਂ ਛੱਡ ਲਈ ਹੈ, ਚਲੋ ਬਾਜਵਾ ਜੀ ਚੇਅਰ ਨੂੰ ਡਿਸ ਕਰੋ, ਚਲੋ ਗੱਲ ਆਪਾਂ ਸਿੱਧਾ ਇੱਧਰ ਨੂੰ ਕਰੀਏ ਜੀ, ਗੱਲ ਚੇਅਰ ਨੂੰ ਡਿਸ ਕਰੋ, ਅੱਛਾ ਚਲੋ ਇਹ ਕਰ ਲੈਂਦੇ ਹਾਂ, ਹੁਣ ਇਹ ਦੱਸੋ ਹਾਂ ਤੁਹਾਡੇ ਜਿਹੜੇ ਆਪ ਦਾ ਉਹ ਤੁਹਾਡਾ ਹੈ ਉਹ ਇਹ ਅਰਵਿੰਦ ਕੇਜਰੀਵਾਲ ਸਾਹਿਬ, ਉਹਨੇ ਗਰੰਟੀ ਦਿੱਤੀ ਕਿ 20,000 ਕਰੋੜ ਰੁਪਈਆ ਮੈਂ ਤੁਹਾਨੂੰ ਰੇਤ ਚੋਂ ਇਕੱਠਾ ਕਰਕੇ ਦਿਉਂ ਹਰ ਸਾਲ ਦਾ, ਕਿੰਨੇ ਹੋਏ ਨੇ 20,000 ਕਰੋੜ ਮਾਫੀਏ ਫੜੇ ਨੇ, ਉਹ ਫੜ ਲਓ, ਔਰ ਕੌਣ ਕੌਣ ਨੇ, ਔਰ ਚੰਨੀ ਵੀ ਨਾਮ ਹੈ, ਚੰਨੀ ਦਾ ਨਾਮ ਹੈ ਉਹ ਚ, ਔਰ ਚੰਨੀ ਦੇ ਜਿਹੜੇ ਚਹੇਤੇ ਨੇ ਇੱਥੇ ਬੈਠੇ ਨੇ, ਥੋੜਾ ਮੂੰਹ ਪਰਾ ਕਰ ਲੈਂਦੇ ਆ ਉਦੋਂ ਜਦੋਂ ਰੇਤੇ ਦੀ ਗੱਲ ਹੁੰਦੀ ਹੈ, ਸਾਰੇ ਹੈਗੇ ਨੇ, ਕੋਈ ਗੱਲ ਸਾਰੇ ਹੈਗੇ ਨੇ, ਮੈਂ ਕਹਿੰਦਾ ਜੀ ਚਿੱਠੇ ਐਡੇ ਐਡੇ ਨੇ,
ਤੁਸੀਂ ਦੇਖੋਗੇ ਗੱਲ ਸੁਣੋ ਇੱਕ ਮਿੰਟ ਮਾਨ ਸਾਹਿਬ ਤੁਸੀਂ ਜਨਾਬ ਤੁਸੀਂ ਗੱਲ ਕਰਦੇ ਫੱਬਦੇ ਹੋ ਉਹ ਪਬਲਿਕ ਮਹਿੰਗਾ ਜਿਹੜੀਆਂ ਪਬਲਿਕ ਮਹਿੰਨਾ ਸੀ ਚਲਾਈਆਂ ਨੇ ਸੋਧੀਆਂ ਜਿਹੜੀਆਂ ਪਬਲਿਕ ਮਹਿੰਨਾ 5.5 ਰੁਪਏ ਉਹਦੇ ਅਫਸੋਸ ਦਾੜੀਆਂ ਉਹ ਪਹਿਲਾਂ ਕਿਉਂ ਨਹੀਂ ਚਲਾਈਆਂ ਸੋਧੀਆਂ ਦਾ ਕਰ ਅਫਸੋਸ ਜਿਹੜੀਆਂ ਪਬਲਿਕ ਮਹਿੰਨਾ ਸੀ ਚਲਾਈਆਂ ਸੈਂਟਰ ਜਿਹੜੀਆਂ ਪਬਲਿਕ ਮਹਿੰਨਾ ਬਾਜਵਾ ਸਾਹਿਬ ਸੁਣੋ ਬਾਜਵਾ ਸਾਹਿਬ ਜਿਹੜੀਆਂ ਪਬਲਿਕ ਮਹਿੰਨਾ ਅਸੀਂ ਚਲਾਤੀਆਂ 5.5 ਰੁਪਏ ਫੁੱਟ ਵਾਲੀਆਂ ਪਹਿਲਾਂ ਕਿਉਂ ਨਹੀਂ ਚਲਾਈਆਂ ਹੁਣ 9.5 ਨੂੰ ਚਲਾਈਆਂ ਤੁਸੀਂ ਨਹੀਂ 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 5.5 ਰੁਪਏ ਫੁੱਟ ਉੱਥੋਂ ਮਿਲਦਾ ਤੇ ਰੁਪਈਆ 50,000 ਕਰੋੜ ਇਕੱਠਾ ਹੋਇਆ 5.5 ਚਲੋ ਟਰਾਲੀ ਲੈ ਕੇ ਚਲੋ ਚਲੋ ਮੇਰਾ ਟਰਾਲੀ ਲੈ ਕੇ ਚਲੋ ਤੁਹਾਨੂੰ ਸਾਲ ਚ ਆਇਆ ਕੀ ਅਸਲ ਚ ਨਾ ਤੁਹਾਨੂੰ ਜਿਹੜੀਆਂ ਤੁਸੀਂ ਚਲਾਈਆਂ ਨੇ ਆਪਣੀ ਗਵਰਨਮੈਂਟ ਦੇ ਕੋਲ 50 ਕਰੋੜ ਰੁਪਈਆ ਸਾਲ ਚ ਆਇਆ ਇੱਕ ਮਿੰਟ ਤੇ 20,000 ਬਾਜਵਾ ਸਾਹਿਬ ਕੱਲ ਤੁਹਾਡੇ ਕਾਂਗਰਸ ਚ ਇੰਨੀ ਕਾਲੀ ਮੱਚੀ ਵੀ ਭਗਵੰਤ ਮਾਨ ਨੂੰ ਗਾਲਾਂ ਕੱਢਣ ਦਾ ਟਾਈਮ ਮਿਲ ਗਿਆ G20 ਕੈਨਸਲ ਹੋ ਗਿਆ ਕਰੋ 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 ਤੁਹਾਡੇ ਐਮਪੀ ਨੇ ਪ੍ਰੈਸ ਕਾਨਫਰੰਸ ਕਰਤੀ ਤੁਹਾਡੇ ਐਮਪੀ ਨੇ ਪ੍ਰੈਸ ਕਾਨਫਰੰਸ ਕਰਤੀ ਸਾਡਾ ਐਮਪੀ ਮੈਨੂੰ ਗਾਲਾਂ ਕੱਢਣ ਦੀ ਇੰਨੀ ਕਾਲੀ ਕਾਦੀ ਹੁੰਦੀ ਹੈ ਯਾਰ ਤੁਹਾਡਾ ਕਾਗਜ਼ ਪੱਤਰ ਵੀ ਦੇਖ ਲਿਆ ਮੇਰਾ ਐਮਪੀ ਹੋ ਸਕਦਾ ਯਾਰ ਹਾਂਜੀ ਨਹੀਂ ਹੋਇਆ ਤੁਸੀਂ ਪਿਆਦੇ ਹੋ 5.5 ਰੁਪਏ ਸਾਡੇ ਮਿਨਿਸਟਰ ਬੈਠੇ ਯਾਰ ਰੋਜ਼ ਤੁਸੀਂ ਕਹਿੰਦੇ ਟਰਾਲੀ ਲੈ ਕੇ ਜਾਓ ਟਰਾਲੀ ਲੈ ਕੇ ਜਾਓ 5.5 ਰੁਪਏ ਚ ਭਰ ਲਿਆਓ ਜੇ ਕੋਈ 9.5 ਰੁਪਏ ਮੰਗੇ ਅੱਛਾ ਸਾਨੂੰ ਦੱਸਿਓ ਉਹਨਾਂ ਦੇ ਕੇ ਬਾਜਵਾ ਸਾਹਿਬ ਅੱਖਾਂ ਮਿਲਾਓ ਅੱਖਾਂ ਹੀ ਮਿਲਾ ਰਹੇ ਥੋੜਾ ਰਹੇ ਅੱਖਾਂ ਮਿਲਾ ਰਹੇ ਗੱਲ ਆਪਦੀ ਗੱਲ ਕੀਤੀ ਹੈ ਸੀਚੇਵਾਲ ਦੀ ਗੱਲ ਕੀਤੀ ਦੋ ਜਵਾਬ ਲਓਗੇ ਐਕਸ਼ਨ ਉਹਨਾਂ ਤੇ ਕਾਦਾ ਜੀ ਮਿੱਤਲ ਤੇ ਲਵਲੀ ਵਾਲੇ ਇਹਨਾਂ ਦੀ ਗੱਲ ਦਾ ਕੋਈ ਜਵਾਬ ਅੱਛਾ ਇਹਨਾਂ ਦੀ ਗੱਲ ਪਾਕਿਸਤਾਨ ਖੇਡਦੇ ਆ ਨਹੀਂ ਇਹ ਪਾਕਿਸਤਾਨ ਨੂੰ ਆਏ ਨਹੀਂ ਨਹੀਂ ਇਹਨਾਂ ਦੀ ਗੱਲ ਦਾ ਕੋਈ ਜਵਾਬ ਕੋਈ ਪਤਾ ਨਹੀਂ ਕੀ ਕਹਿੰਦਾ ਇਹ ਤਾਂ ਕਦੇ ਕਿਤੇ ਜਾਏ ਆਉਂਦੇ ਕਦੇ ਕਿਤੇ ਜਾਏ ਆਉਂਦੇ ਇਹਨਾਂ ਦੀ ਗੱਲ ਦਾ ਜਵਾਬ ਨਹੀਂ ਇਹਨਾਂ ਨੂੰ ਟਾਈਮ ਮਿਲ ਜਾਏ ਤਾਂ ਤੁਰ ਜਾਂਦੇ ਨੇ ਹਟਾਓ ਸਰ ਇਹਨਾਂ ਨੂੰ ਸਪੀਕਰ ਸਾਹਿਬ ਟਾਈਮ ਪੂਰਾ ਹੋ ਗਿਆ।